ਚੁੰਮਿਆਂ ਵਾਲੀ ਭਾਬੀ ਦੇ ਨਾਂ ਤੋਂ ਮਸ਼ਹੂਰ ਰਣਜੀਤ ਕੌਰ ਭਾਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਦਿਲਜੀਤ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਕਈ ਲੋਕਾਂ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇਹ ਵੀਡੀਓ ਅਸਲੀ ਹੈ, ਕਿਉਂਕਿ ਹਾਲੀਵੁੱਡ ਲੈਵਲ ਦਾ ਸਟਾਰ ਆ ਦਿਲਜੀਤ ਅਤੇ ਬੰਦੇ ਨੇ ਕਦੇ ਵੀ ਕਿਸੇ ਰੀਲਾਂ ਵਾਲੇ ਨਾਲ ਵੀਡੀਓ ਨਹੀਂ ਸੀ ਬਣਾਈ। ਪਰ ਚੁੰਮਿਆਂ ਵਾਲੀ ਭਾਬੀ ਨੂੰ ਤਾਂ ਜੱਫੀਆਂ ਪਾ ਰਿਹਾ ਦਿਲਜੀਤ ਦੋਸਾਂਝ। ਕੁਚੀਲਾ 'ਤੇ ਪਰਫੋਰਮ ਕਰਨ ਵਾਲਾ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਚੁੰਮਿਆਂ ਵਾਲੀ ਭਾਬੀ ਨਾਲ ਵੀਡੀਓ ਬਣਾ ਰਿਹਾ ਅਤੇ ਐਨ ਖੁਸ਼ੀ ਦੇ ਨਾਲ ਰਣਜੀਤ ਕੌਰ ਭਾਬੀ ਦੇ ਪਰਿਵਾਰ ਨੂੰ ਮਿਲਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਰਣਜੀਤ ਕੌਰ ਭਾਬੀ ਦਾ ਹਸਬੈਂਡ ਅਤੇ ਉਸਦੀ ਕੁੜੀ ਕਿਵੇਂ ਸਾਰੇ ਦਿਲਜੀਤ ਨੂੰ ਮਿਲ ਕੇ ਖੁਸ਼ ਨੇ। ਅਤੇ ਮਿੱਤਰੋ, ਜਦੋਂ ਵੀਡੀਓ ਬਣਾ ਰਹੇ ਹੁੰਦੇ ਤਾਂ ਚੁੰਮਿਆਂ ਵਾਲੀ ਭਾਬੀ ਕਹਿੰਦੀ ਆ ਕਿ ਦਿਲਜੀਤ ਮੇਰਾ ਦਿਓਰ ਸਭ ਤੋਂ ਬੈਸਟ ਆ, ਜਿਸ ਤੋਂ ਬਾਅਦ ਦਿਲਜੀਤ ਗੱਲ ਵਕੜੀ ਮਾਰ ਕੇ ਕਹਿੰਦਾ ਕਿ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਦਿਲਜੀਤ ਦੀਆਂ ਸਿਫਤਾਂ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇੰਨਾ ਵੱਡਾ ਸੁਪਰਸਟਾਰ ਹੋਣ ਦੇ ਬਾਵਜੂਦ ਵੀ ਇੰਨੀ ਜ਼ਿਆਦਾ ਸਾਦਗੀ ਦਿਲਜੀਤ 'ਚ ਕਿੱਥੋਂ ਆ ਗਈ। ਇੱਕ ਨੇ ਲਿਖਿਆ ਕਿੰਨੀ ਸਾਦਗੀ ਆ ਦਿਲਜੀਤ 'ਚ, ਅਤੇ ਕਈ ਲੋਕਾਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਦਿਲਜੀਤ ਅਸਲੀ ਵਾਲਾ ਹੈ। ਲੋਕ ਸਮਝ ਰਹੇ ਨੇ ਸ਼ਾਇਦ ਇਹ ਨਕਲੀ ਹੈ। ਤਾਂ ਮਿੱਤਰੋ, ਜੇਕਰ ਤੁਹਾਨੂੰ ਵੀ ਦਿਲਜੀਤ ਦਾ ਨਿਮਰਤਾ ਵਾਲਾ ਸੁਭਾਅ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰ ਦਿਓ। ਧੰਨਵਾਦ ਜੀ।